ਲਹਿਰਾ ਕਾਕਾ ਵਿਖੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੀਆਂ ਮੰਗਾਂ ਨਾ ਮੰਨੇ ਜਾਣ ਸੰਬੰਧੀ ਆਪਣੀ ਸਥਿਤੀ ਸਪਸ਼ਟ ਕਰਨ ਕਿ ਉਹਨਾਂ ਨੇ ਕੇਂਦਰ ਵੱਲੋਂ ਪੰਜਾਬ ਨੂੰ ਅਣਗਹਿਲੀਆਂ ਕਰਨ ਦੀ ਹਾਲਤ ਵਿੱਚ ਵੀ ਮੋਦੀ ਦੇ ਹੱਕ ਵਿੱਚ ਛੱਡਣਾ ਹੈ ਜਾਂ ਪੰਜਾਬ ਦੇ ਹਿੱਤਾਂ ਲਈ ਵੱਖਰੇ ਤੌਰ ਤੇ ਖੜਨਾ ਹੈ। ਬੀਬੀ ਭੱਟਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਿਹਾਰ ਦੀ ਚੋਣਾਂ ਕਰਕੇ 125,000 ਕਰੋੜ ਰੁਪਏ ਦੀ ਆਰਥਿਕ ਮਦਦ ਤਾਂ ਕਰ ਦਿੱਤੀ ਪਰ ਪੰਜਾਬ ਵੱਲੋਂ ਮੰਗੇ 8,000 ਕਰੋੜ ਰੁਪਏ ਦੇਣ ਤੋਂ ਕੋਰੀ ਨਾ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਡੀਗੜ੍ਹ ਦੇ ਹਵਾਈ ਅੱਡੇ ਦਾ ਨਾਂ ਕੌਮੀ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰਖਵਾਉਣ ਵਿੱਚ ਸਫਲ ਨਹੀਂ ਹੋਏ ਜੋ ਕਿ ਸ਼ਰਮ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਜੀਨਸ ਦੀ ਖਰੀਦ ਲਈ ਸੂਬਾ ਸਰਕਾਰ ਨੇ ਝੋਨੇ ਲਈ 22,000 ਕਰੋੜ ਰੁਪਏ ਦਾ ਅਗਾਊ ਪ੍ਰਬੰਧ ਕਰਨਾ ਹੁੰਦਾ ਹੈ ਜੋ ਕਿ ਅੱਜ ਤੱਕ ਪੂਰਾ ਨਹੀਂ ਹੋਇਆ। CCL ਜਿਹੜਾ ਆਪਾਂ ਕਹਿ ਰਹੇ ਹਾਂ ਕਰੋਪ ਸਾਡਾ ਕੈਸ਼ ਕ੍ਰੈਡਿਟ ਜਿਹੜਾ ਮਿਲਦਾ ਹੈਗਾ ਉਹਦੇ ਬਾਰੇ ਕਿ ਸਾਨੂੰ ਚਾਹੀਦਾ ਹੈਗਾ ਪੈਸਾ 22,000 ਕਰੋੜ ਚਾਹੀਦਾ ਹੈ ਪੈਡੀ ਦੀ ਜੇ ਫਸਲ ਚੱਕਣੀ ਹੈ ਔਰ ਚਾਹੀਦਾ ਵੀ ਅੱਜ ਤੱਕ ਸਾਡੇ ਕੋਲ ਆ ਜਾਣਾ ਚਾਹੀਦਾ ਸੀ ਅਸੀਂ 6 ਮਹੀਨੇ ਪਹਿਲਾਂ ਲਿਆਉਂਦੇ ਰਹੇ ਹਾਂ ਅਜੇ ਤੱਕ ਇਹਨਾਂ ਕੋਲੋਂ ਪੈਸਾ ਮਾੜਾ ਮੋਟਾ ਆਇਆ ਅੱਧ ਪਚੱਧ ਜੇ ਪੂਰਾ ਆਇਆ ਨਹੀਂ ਕੋਈ ਇੰਤਜ਼ਾਮ ਨਹੀਂ ਕੀਤੇ ਸਾਨੂੰ ਖਦਸ਼ਾ ਹੈ ਕਿ ਪੈਡੀ ਦੀ ਫਸਲ ਵੀ ਇਹ ਕਣਕ ਦੀ ਫਸਲ ਦੀ ਤਰ੍ਹਾਂ ਰੋਲਣਗੇ। ਬਿਹਾਰ ਦੇ ਵਿੱਚ 1 ਪੁਆਇੰਟ ਉਹਨਾਂ ਨੇ 25 ਲੱਖ ਕਰੋੜ ਰੁਪਇਆ ਦਿੱਤਾ ਹੈ ਬਿਹਾਰ ਨੂੰ ਪੈਕੇਜ ਦਾ ਦਿੱਲੀ ਵਾਲਿਆਂ ਨੇ ਕਿਉਂਕਿ ਉੱਥੇ ਇਲੈਕਸ਼ਨ ਹੈ ਰਾਜਨੀਤੀ ਕਰ ਰਹੇ ਨੇਗੇ ਅਤੇ ਸਾਡੇ ਵਾਲਿਆਂ ਨੂੰ 8,000 ਕਰੋੜ ਤੋਂ ਵੀ ਜਵਾਬ ਦਿੱਤਾ ਅਤੇ ਪੰਜਾਬ ਦੀ ਸਰਕਾਰ ਲਈ ਸ਼ਰਮ ਦੀ ਗੱਲ ਹੈ ਕਿ ਐਡਾ ਵੱਡਾ ਦੇਸ਼ ਦੁਨੀਆ ਦਾ ਸ਼ਹੀਦ ਜਿਹਦੇ ਨਾਲ 'ਤੇ ਫਿਲਮਾਂ ਬਣਦੀਆਂ ਦੁਨੀਆ 'ਚ ਸਰਗੌਰਵ ਕਰਦੇ ਉਹਦਾ ਨਾਂ ਨਹੀਂ ਲਿਖਾ ਸਕੇ ਇਹ ਬੋਲਦੇ ਕਿਉਂ ਨਹੀਂ ਅੱਜ ਪ੍ਰਕਾਸ਼ ਸਿੰਘ ਬਾਦਲ ਕਿ ਕਿਉਂ ਇਹ ਜੈਲਸੀ ਕਰ ਰਹੇ ਹੈ ਕਿਉਂ ਸਾਡੇ ਨਾਲ ਵਿਤਕਰਾ ਕਰ ਰਹੇ ਹੈ ਕਿਉਂ ਹਰ ਤਰੀਕੇ ਦੇ ਨਾਲ ਜਿਹੜੇ ਸਾਡੇ ਮੋਦੀ ਹੈ ਤੁਲੇ ਹੋਏ ਹੈ ਕਿ ਅਸੀਂ ਸਾਰਾ ਖਰਾਬ ਕਰਨਾ ਪੰਜਾਬ ਦਾ ਸਾਰਾ ਹਾਲਾਤ ਸਾਡੀ ਆਰਥਿਕਤਾ ਖਰਾਬ ਕਰਨੀ ਹੈ। ਲਹਿਰਾ ਕਾਕਾ ਤੋਂ ਅਨਿਲ ਜੈਨ ਦੀ ਰਿਪੋਰਟ ਪੰਜਾਬ ਟੂਡੇ।